ਹਾਂਜੀ, ਕਿੱਦਾਂ ਸਾਰੇ ਠੀਕ ਹੋ? ਕੀ ਹਾਲ ਚਾਲ ਜੀ ਸਾਰਿਆਂ ਦੇ? ਠੰਡ ਬਹੁਤ ਆ ਮਿੱਤਰੋ, ਤੇ ਗੱਲ ਇੱਦਾਂ ਵਾ, ਆਪਾਂ ਚੱਲੇ ਅੱਜ ਨੱਤ ਟੀਵੀ ਵਾਲਿਆਂ ਦੇ, ਭਾਜੀ ਦਾ ਫੋਨ ਆਇਆ ਸੀ ਕਿ ਉਹਨਾਂ ਨੇ ਇਨਵਾਈਟ ਕੀਤਾ ਘਰੇ, ਤੇ ਉੱਥੇ ਚੱਲੇ ਆ, ਤੇ ਭਾਜੀ ਹੋਣੀ ਇਸ ਟਾਈਮ ਹੈਗੇ ਭੁੰਬਲੀ, ਉਹ ਮੇਰੀ ਕਰ ਰਿਹਾ ਵੇਟ, ਤੇ ਉੱਥੇ ਪਹੁੰਚ ਕੇ ਤੁਹਾਨੂੰ ਸਭ ਤੋਂ ਪਹਿਲਾਂ ਮਿਲਾਉਣਾ ਭਾਜੀ ਦੇ ਨਾਲ, ਤੇ ਫਿਰ ਅਸੀਂ ਚੱਲਦੇ ਹਾਂ ਨੱਤ ਟੀਵੀ ਵਾਲਿਆਂ ਦੇ ਘਰੇ, ਤੇ ਫਿਰ ਉਹਨਾਂ ਦੇ ਨਾਲ ਕਰਾਉਂਦੇ ਹਾਂ ਮੁਲਾਕਾਤ। ਤੇ ਇਸ ਟਾਈਮ ਆਪਾਂ ਪਿੰਡ ਦੇ ਬਾਹਰ ਬਾਹਰ ਪਹੁੰਚ ਗਏ ਹਾਂ, ਭੱਠੇ ਵਾਲੀ ਸਾਈਡ, ਤੇ ਚਲੋ ਠੀਕ ਆ, ਜਾ ਕੇ ਮਿਲਦੇ ਤੁਹਾਨੂੰ। ਕੀ ਹੋਣੀ ਤਾਂ ਫੋਟੋ ਸ਼ੂਟ ਸੇਵਾ ਪਾਣੀ ਕੀਤੀ ਆ, ਤੇ ਹੁਣ ਭਾਜੀ ਕਿੱਥੇ ਲੈ ਕੇ ਚੱਲੇ ਹੋ ਸਾਨੂੰ? ਭਾਜੀ ਲੈ ਕੇ ਚੱਲੇ ਤੁਹਾਨੂੰ ਨੱਤ ਟੀਵੀ ਵਾਲਿਆਂ ਕੋਲ। ਅੱਛਾ, ਤਿੱਬੜ, ਠੀਕ ਆ ਠੀਕ ਆ, ਤੇ ਉਹ ਤੁਹਾਡੀ ਵੇਟ ਕਰ ਰਹੇ ਸਾਰਿਆਂ ਦੀ। ਅੱਛਾ ਅੱਛਾ, ਟੀਮ ਦੀ ਨਾਲ ਵੇਟ ਹੋ ਰਹੀ ਆ ਇਧਰ। ਤੇ ਭਾਜੀ ਹੁਣੀ ਨਾ ਕੰਮ ਕਰਦੇ ਆ, ਉਹਨਾਂ ਦੇ ਨਾਲ ਹੀ ਵੀਡੀਓ ਬਣਾਉਂਦੇ ਆ ਨੱਤ ਟੀਵੀ ਵਾਲਿਆਂ ਦੇ ਨਾਲ। ਨੱਤ ਟੀਵੀ ਅਨਮੋਲ ਦੋਵਾਂ ਚੈਨਲਾਂ ਤੇ ਉਹਨਾਂ ਦੇ ਨਾਲ ਬਣਾਉਂਦੇ ਆ। ਹਾਂਜੀ ਹਾਂਜੀ ਹਾਂਜੀ, ਸੁਖਜਿੰਦਰ ਰਮਨ ਜੀ ਉਹ ਵੀ ਨਾਲ ਕਰਦੇ ਨੇ ਕੰਮ। ਅੱਛਾ, ਗਲੀ ਜਾਂਦੀ ਭਾਜੀ ਉੱਥੇ। ਅੱਛਾ, ਕੈਂਡੀ ਦੇ ਘਰ ਨੂੰ ਆ ਗਲੀ ਜਾਂਦੀ ਜੇ ਕੋਈ ਦੇਖ ਰਿਹਾ ਨਾ ਵੀਡੀਓ, ਤੇ ਆ ਜਾਓ ਮੇਰਾ ਭਰਾ, ਤੇ ਆ ਮਗਰ ਬੈਠਾ ਆਪਣਾ ਕੈਮਰਾਮੈਨ ਮਹਿਤਾਬ। ਤੇ ਚਲੋ ਜੀ ਠੀਕ ਆ, ਹੁਣ ਤੁਹਾਨੂੰ ਪਹੁੰਚ ਕੇ ਮਿਲਦੇ ਆ। ਵਿੱਚ ਬੜੇ ਪੈਂਦੇ ਰਹੇ ਤੇ ਹੋਰ ਚੀਜ਼ਾਂ, ਪਰ ਸੱਚੀ ਬੜਾ ਵਧੀਆ ਲੱਗਾ ਸਾਨੂੰ ਕਿ ਤੁਸੀਂ ਇਹੋ ਜਿਹੇ ਟਾਈਮ ਕੱਢਿਆ, ਕਿਉਂਕਿ ਟਾਈਮ ਹੁੰਦਾ ਹੀ ਉਹਨਾਂ ਕੁ ਬੰਦਿਆਂ। ਹਾਂਜੀ ਹਾਂਜੀ, ਤੇ ਵਧੀਆ ਲੱਗਾ, ਤੇ ਗਾਂ ਵੀ ਅਸੀਂ ਸਾਨੂੰ ਦਿੱਤਾ, ਸਾਨੂੰ ਵੀ ਬਹੁਤ ਖੁਸ਼ੀ ਹੋਈ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਜੀ। ਇੱਧਰ ਨੇ ਭੈਣ ਜੀ ਰਮਨ, ਤੇ ਕੈਮਰੇ ਦੇ ਪਿੱਛੇ ਲਵਲੀ ਭਾਜੀ। ਹਾਂਜੀ, ਕਹਿੰਦੇ ਭੈਣ ਜੀ ਜੋਤ ਮੈਂ ਨਹੀਂ, ਜੋਤ ਦੇ ਪਰਦੇ ਪਿੱਛੇ ਹੋ ਜਾਂਦੇ ਆ। ਇੱਧਰ ਸਾਡੇ ਜੋਤ ਪੇਪਰ ਹੋ ਗਏ ਕੱਲ ਦੇ, ਮੈਂ ਤੂੰ ਤਿਆਰ ਹੋ, ਅੱਜ ਕੋਈ ਪੇਪਰ ਨਹੀਂ, ਮਹਾਂ ਨੂੰ ਲੱਗਦਾ ਸਾਲ ਦੀ ਦੂਜੀ ਤੇ ਛੁੱਟੀ ਹੋਣੀ ਆ ਨਾ ਜੀ। ਅਸਲ ਚ ਬੰਦਾ ਜਦੋਂ ਮਿਲਦਾ ਵਾ ਫਿਰ ਇੱਕ ਦੂਜੇ ਨਾਲ ਵਿਚਾਰ ਜਦੋਂ ਸਾਂਝੇ ਹੁੰਦੇ ਨਾ, ਥੋੜਾ ਬਹੁਤਾ ਸਿੱਖਦਾ ਵੀ ਆ। ਇੱਥੇ ਇੱਥੇ ਕਲੋਜ਼ ਨੇ ਸਾਰੇ। ਵਾਹ ਵਧੀਆ, ਆ ਟੈਸਟ ਮੈਚ ਲੱਗਦਾ ਤੇਰਾ ਕਿਤੇ, ਟੈਸਟ ਮੈਚ। ਅੱਛਾ, ਉਹ ਵਾਲਾ ਉਧਰਲੀ ਸਾਈਡ, ਆਜਾ ਆਜਾ, ਇੱਧਰ ਵੀ ਹੈਗੀ ਸਾਡੀ ਟੀਮ। ਉਹ ਵੇ ਕਹਿੰਦੇ ਪੁਰਾਣਾ ਘਰ ਵੇਖਣਾ ਵਾ, ਲੈ ਵੀ ਆ, ਉਹ ਸਹੀ ਆ ਸਹੀ ਆ। ਇੱਥੇ ਨਾ ਦੋ ਹੈਗੇ ਸੀ ਆ ਬੂਟੇ, ਅਸੀਂ ਵੇਖਿਆ ਵੀ ਸਾਨੂੰ ਉਹ ਤੰਗ ਕਰਦੇ ਇਦਾਂ, ਉਹ ਤੇ ਡਾ ਤੇ ਫੜ ਕੇ ਇੱਕ ਉੱਥੇ ਸੀ ਤੇ ਦੋ ਸ਼ਾਇਦ ਇੱਥੇ, ਉਹ ਰਹਿਣ ਤਾਂ ਹੀ ਸੰਤਰੇ ਵਾਲਾ ਵੇਲਾ। ਹਾਂਜੀ ਸੰਤਰੇ ਵਾਲਾ।
ਜਦੋਂ ਸ਼ੂਟ ਕਰਨਾ ਉਦੋਂ ਨਾ ਤੋੜਨੇ ਸੰਤਰੇ ਨਾਲ ਹੀ ਸਾਡੇ ਵਾਲਾ ਹਾਲ ਹੋਵੇ ਲੋਕੇਸ਼ਨ ਬੜੀ ਟੋਪ ਦੀ ਆਉਂਦੀ ਮੈਂ ਤਾਂ ਮਗਰ ਫੋਟੋ ਖਿੱਚਾਂ ਗੱਲ ਇੱਦਾਂ ਵਾ ਹੁਣ ਨੱਤ ਟੀ ਵੀ ਵਾਲੇ ਸਾਰਾ ਐਕਸਪਲੋਰ ਕਰਾ ਰਹੇ ਆਪਣਾ ਏਰੀਆ ਇਹ ਵੀ ਵਧੀਆ ਇੱਧਰ ਖੁੱਲ੍ਹਾ ਏਰੀਆ ਨਾ ਹੈ ਵੇ ਮੈਂ ਤਾਂ ਆਪ ਪੈਲੀ 'ਚ ਜਾਣ ਦੀ ਵੀ ਲੋੜ ਨਹੀਂ ਤੂੰ ਭਾਈ ਸੀਨ ਲੈ ਲਓ ਲੋਕੇ ਅੱਛਾ ਅੱਛਾ ਆਹੋ ਨਹੀਂ ਨਹੀਂ ਮੇਰਾ ਕਹਿਣ ਦਾ ਮਤਲਬ ਕਿ ਬੰਬੀ 'ਤੇ ਜਾਣ ਦੀ ਲੋੜ ਵੀ ਨਹੀਂ ਇੱਥੇ ਖਲੋ ਜਾਓ ਮਾੜਾ ਜਿਹਾ ਆ ਵੀ ਘਰ ਅੱਛਾ ਅੱਛਾ ਧੁੱਪ ਚੜ੍ਹਨ ਵਾਲੀ ਓਏ ਬਤਾ ਪਰ ਆ ਜਾਓ ਨਹੀਂ ਨਹੀਂ ਪਿੰਡ ਦੱਸੋ ਮੈਂ ਦੱਸਣੀ ਮੇਰੀ ਉੱਥੋਂ ਸਵੇਰੇ ਨਾਲ ਪੜ੍ਹਦੀ ਕੀ ਉਹਦਾ ਨਾਮ ਹੀ ਪਿੰਡ ਦਾ ਨਹੀਂ ਹੁਣ ਕਿਹੜਾ ਪਿੰਡ ਆਉਣ ਲੱਗਾ ਇੰਨਾ ਹੀ ਦੱਸੋ ਕਿਹੜਾ ਕਿੱਥੇ ਹੁਣ ਕਿਹੜਾ ਆਉਣਾ ਅਗਲਾ ਪਿੰਡ ਬੱਬੇ ਹਾਲੀ ਵੀ ਆਉਣਾ ਇੱਧਰ ਅੱਤ ਬਾਅਦ ਚੋਂ ਬਾਅਦ ਵਿੱਚ ਬੱਬੇ ਹਾਲੀ ਤੋਂ ਬਾਅਦ ਆਉਣਾ ਆ ਕੋਠੇ ਪਿੰਡ ਵੀ ਮੈਂ ਉਧਰ ਖੜਨਾ ਨਹੀਂ ਤੁਹਾਨੂੰ ਚਲੋ ਕੋਈ ਨੀ ਇਥੋਂ ਮੋੜ ਲੱਗੇ ਤੁਹਾਨੂੰ ਦੱਸ ਦਿੰਦੇ ਹੁਣੇ ਆ ਗਿਆ ਬਸ ਲੈ ਵੀ ਹੁਣ ਗੱਲ ਏਦਾਂ ਵਾ ਅਸੀਂ ਰੋਕੇ ਹਾਂ ਰਸਤੇ 'ਚ ਇੱਥੇ ਮਿਲੀ ਭਾਅ ਜੀ ਹੋਣਾ ਨੂੰ ਲੋਕੇਸ਼ਨ ਇਹ ਆਪਣਾ ਪਿੰਡ ਹੀ ਆ ਕਿਉਂਕਿ ਇੱਥੇ ਪੋਪੂਲਰਾਂ ਦੀ ਖੇਤੀ ਆ ਮਤਲਬ ਇੱਥੇ ਪੋਪੂਲਰ ਹੁੰਦੇ ਸੀ ਇੱਥੇ ਵੀ ਹਾਂ ਤਾਂ ਹੈਗੇ ਆ ਮਤਲਬ ਪੱਤਝੜ ਹੋ ਗਈ ਆ ਅਤੇ ਇੱਥੇ ਨਾ ਵੀਡੀਓ ਬੜੀਆਂ ਘੈਂਟ ਬਣਦੀਆਂ ਤਾਂ ਹੁਣ ਆਪਾਂ ਆਏ ਹਾਂ ਵੀਡੀਓ ਬਣਾਉਣ ਅਤੇ ਉੱਧਰ ਭਾਅ ਜੀ ਹੁਣੀ ਕਰ ਰਿਹਾ ਸ਼ੂਟ ਅਤੇ ਇੱਧਰ ਆਪਾਂ ਕਰਦੇ ਸ਼ੂਟ ਆਪਾਂ ਆਂਟੀ ਇੱਥੇ ਬਣਾਉਂਦੇ ਰੀਲ ਇੱਥੇ ਵਧੀਆ ਬਣਦੀ ਆ ਰੋਡ 'ਤੇ ਬਣਾਉਂਦੇ ਆਪਾਂ ਅਤੇ ਭਾਅ ਜੀ ਹੁਣੀ ਬਣਾ ਰਹੇ ਇੱਧਰ ਰੀਲ ਸ਼ੂਟ ਕਰ ਰਹੇ ਆ ਪ੍ਰੀ ਵੈਡਿੰਗ ਹੋ ਰਹੀ ਆ ਐਵੇਂ ਲੱਗ ਰਿਹਾ ਜਿਵੇਂ ਪ੍ਰੀ ਵੈਡਿੰਗ ਦਾ ਸ਼ੂਟ ਚੱਲ ਰਿਹਾ ਲੋਕੇਸ਼ਨ ਤਾਂ ਯਾਰ ਸੱਚੀ ਬੜੀ ਜ਼ਬਰਦਸਤ ਆਉਂਦੀ ਆ ਲਓ ਵੀ ਆ ਗਏ ਹੁਣ ਘਰੇ ਅਤੇ ਹੁਣ ਕਰਦੇ ਸ਼ੂਟ ਚਲੋ ਜੀ ਗੱਲ ਇੱਦਾਂ ਵਾ ਪੱਗ ਬੰਨ ਲਈ ਆ ਜਿੱਥੇ ਜਾਣਾ ਸੀ ਉੱਥੇ ਪੱਗ ਬੰਨੀ ਨਹੀਂ ਕਿਉਂਕਿ ਲੇਟ ਹੋ ਗਏ ਸੀ ਯਾਰ ਘਰੋਂ ਹੀ ਅਤੇ ਹੁਣ ਗੱਲ ਇੱਦਾਂ ਵਾ ਹੁਣ ਚੱਲਣ ਡਿਆ ਆਪਣਾ ਸ਼ੂਟ ਅਤੇ ਅੱਜ ਲਾਸਟ ਡੇ ਆ ਸ਼ੂਟ ਦਾ ਅਤੇ ਬਸ ਆਂਟੀ ਹੁਣੀ ਇੱਧਰ ਖਲੋਤੇ ਆ ਸੂਰਜ ਵੀ ਚੜ੍ਹਨ ਵਾਲਾ ਵਾ ਬਾਕੀ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਬਸ ਕਰ ਰਹੇ ਆਪਾਂ ਸ਼ੂਟ ਮੂਵੀ ਲੋ ਵੀ ਹੁਣ ਚੱਲ ਰਿਹਾ ਸ਼ੂਟ ਤਾਂ ਸੰਦੀਪ ਦਾ ਐਂਡ ਕਰਨਾ ਅੱਜ ਅਤੇ ਉਹਦਾ ਸ਼ੂਟ ਚੱਲ ਰਿਹਾ
ਉਹ ਮੂਵੀ ਦਾ ਕੀ ਹਾਲ ਹੈ? ਠੀਕ ਆ? ਯਾਰ ਵੈਦਰ ਬੜਾ ਸੋਹਣਾ ਹੋਇਆ, ਥੋੜ੍ਹੀ ਜਿਹੀ ਧੁੱਪ ਨਿਕਲੀ ਸੀ ਅੱਜ ਅਤੇ ਫਿਰ ਉਹੀ ਹਾਲ ਹੋ ਗਿਆ। ਕੱਲ੍ਹ ਵੇਖੋ ਹੁਣ ਧੂੜ ਪੈਂਦੀ ਹੈ ਜਾਂ ਕਿੱਦਾਂ। ਅਤੇ ਗੱਲ ਇੱਦਾਂ ਵਾ, ਸ਼ੂਟ ਆਲਮੋਸਟ ਹੋ ਗਿਆ ਡਨ, ਅਤੇ ਭਾਜੀ ਹੋਣਾਂ ਨੇ ਵੀ ਹੁਣੇ ਚੱਲ ਜਾਣਾ ਵਾ। ਅਤੇ ਗੱਲ ਇੱਦਾਂ ਵਾ ਕਿ ਸ਼ੂਟ ਹੋ ਗਿਆ ਡਨ, ਅਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ। ਅਤੇ ਅੱਜ ਆਪਾਂ ਗਏ ਸੀ ਯਾਰ ਨੱਤ ਟੀ ਵੀ ਵਾਲਿਆਂ ਦੇ ਘਰ, ਅਤੇ ਬਹੁਤ ਵਧੀਆ ਲੱਗਾ ਉਹਨਾਂ ਦੇ ਘਰ ਜਾ ਕੇ, ਸਾਰੀ ਫੈਮਿਲੀ ਦੇ ਨਾਲ ਮਿਲੇ, ਫਸਟ ਟਾਈਮ ਮਿਲੇ ਸੀ ਆਪਾਂ। ਅਤੇ ਯਾਰ ਬਹੁਤ ਵਧੀਆ ਉਹਨਾਂ ਦਾ ਨੇਚਰ ਆ, ਅਤੇ ਜਿੰਨੀ ਵੀ ਆਲਮੋਸਟ ਟੀਮ ਸੀ ਨਾ ਉਹਨਾਂ ਦੀ ਸਾਰੀ ਟੋਟਲੀ, ਅਤੇ ਸਾਰਿਆਂ ਦਾ ਨੇਚਰ ਬਹੁਤ ਵਧੀਆ ਸੀ। ਅਤੇ ਬਾਕੀ ਹੋਪ ਕਰਦੇ ਹਾਂ ਤੁਹਾਨੂੰ ਵਲੌਗ ਵਧੀਆ ਲੱਗਾ ਹੋਊਗਾ, ਜੇ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਅਤੇ ਹੁਣ ਪੱਗ ਬੰਨ ਲਈ, ਤੁਸੀਂ ਵੀ ਇਹ ਕਹਿੰਦੇ ਹੋਣੇ ਕਿ ਇਹਨੇ ਹੁਣ ਪੱਗ ਬੰਨ ਲਈ ਆ। ਉਹ ਗੱਲ ਇੱਦਾਂ ਸੀ, ਸਵੇਰੇ ਮੈਨੂੰ ਨਾ ਅਚਾਨਕ ਫੋਨ ਆਇਆ ਸੀ ਭਾਜੀ ਦਾ ਕਿ ਜਾਣਾ ਆਪਾਂ, ਮੈਨੂੰ ਵੀ ਨਹੀਂ ਸੀ ਪਤਾ ਅੱਜ ਜਾਣਾ ਜਾਂ ਕਿੱਦਣ ਜਾਣਾ। ਅਤੇ ਫਿਰ ਮੈਂ ਜਲਦੀ ਜਲਦੀ ਰੈਡੀ ਹੋ ਕੇ ਅਤੇ ਚਲਾ ਗਿਆ, ਅਤੇ ਪੱਗ ਬੰਨੀ ਨਹੀਂ ਸੀ ਮੈਂ, ਅਤੇ ਹੁਣ ਬੰਨੀ, ਹੁਣ ਸੋਹਣੀ ਲੱਗਣ ਦੀ ਆ। ਚਲੋ ਠੀਕ ਆ, ਓਕੇ, ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ 'ਚ, ਅਤੇ ਵਲੌਗ ਨੂੰ ਸ਼ੇਅਰ ਕਰ ਦਿਆ ਕਰੋ ਯਾਰ। ਓਕੇ ਬਾਏ।